ਕੋਈ ਕਹਿੰਦਾ ਆਟਾ ਦੇ ਦਾਂਗੇ, ਕੋਈ ਕਹਿੰਦਾ ਦਾਲ ਦੇ ਦਾਂਗੇ, ਕੋਈ ਕਹਿੰਦਾ ਫੋਨ ਦੇ ਦਾਂਗੇ। ਕੰਮ ਦੇ ਦਿਓ, ਆਟਾ ਦਾਲ ਮੋਬਾਈਲ ਆਪ ਹੀ ਲੈਣ ਜੋਗੇ ਕਰ ਦਿਓ ਨਾ ਉਹਨਾਂ ਨੂੰ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ ਦਲ ਤੇ ਜੰਮ ਕੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਆਪਸ ਵਿੱਚ ਰਲੇ ਹੋਏ ਨੇ। ਜਦੋਂ ਕੈਪਟਨ ਮੋਦੀ ਦੀ ਮੰਨੀ ਜਾਂਦਾ, ਮੋਦੀ ਨੂੰ ਵੀ ਕੈਪਟਨ ਦੀ ਮੰਨਣੀ ਚਾਹੀਦੀ ਹੈ। ਕੈਪਟਨ ਮੋਦੀ ਨੂੰ ਕਹੀ ਜਾਂਦਾ ਨਾ ਕਿ ਬਾਦਲਾਂ ਦੇ ਖਿਲਾਫ਼ ਕੁਛ ਕਰਨਾ ਨਹੀਂ, ਤਾਂ ਕੈਪਟਨ ਮੰਨੀ ਜਾਂਦਾ, ਤਾਂ ਮੋਦੀ ਨੂੰ ਮੰਨਣੀ ਚਾਹੀਦੀ। ਉਹਨਾਂ ਨੇ ਵਾਅਦਾ ਕੀਤਾ ਸੀ ਘਰ ਘਰ ਰੁਜ਼ਗਾਰ ਦਾ। ਜਿਹੜੇ ਪ੍ਰਾਈਵੇਟ ਕਾਲਜ ਨੇ ਉਹ ਤਾਂ ਆਪਦੇ ਜੋਬ ਫੇਅਰ ਪਹਿਲਾਂ ਵੀ ਲੱਗਦੇ ਨੇ। ਇਹ ਚਰਨਜੀਤ ਚੰਨੀ ਨੂੰ ਭੇਜ ਕੇ ਉਹਨਾਂ ਨੂੰ ਆਪਦੇ ਨਾਂ ਲਵਾ ਰਹੇ ਨੇ, ਉਹ ਤਾਂ ਪਹਿਲਾਂ ਤੋਂ ਦੇ ਰਹੇ ਨੇ ਨੌਕਰੀਆਂ। ਨੌਕਰੀਆਂ ਇਹਨਾਂ ਨੇ ਰੁਜ਼ਗਾਰ ਦੀਆਂ ਗੱਲ ਕੀਤੀ ਸੀ, ਸਰਕਾਰੀ ਦਿਓ, ਦੇ ਦਿਓ, ਅਸੀਂ ਤਾੜੀਆਂ ਵਜਾਵਾਂਗੇ। ਕੁਦਰਤ ਹੈ ਜੀ, ਪਰਮਾਤਮਾ ਉਹ ਵੱਡਾ, ਕਹਿੰਦਾ ਨਾ ਘਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ। ਹੁਣ ਸਾਲੇ ਭਣੋਏ ਦੀ ਮੱਤ ਵੱਜ ਗਈ, ਕਦੇ ਕਿਤੇ ਜਾਂਦੇ ਨੇ, ਕਦੇ ਕਿਤੇ ਜਾਂਦੇ, ਲੋਕ ਉਹਨਾਂ ਨੂੰ ਫੜ ਨਹੀਂ ਦਿੰਦੇ। ਸੰਯੋਗ ਦੇਖੋ, 1920 'ਚ ਅਕਾਲੀ ਦਲ ਸ਼ੁਰੂ ਹੋਇਆ ਸੀ ਅਤੇ 2019 'ਚ ਖਤਮ। ਧੰਨਵਾਦ। ਬੱਚੇ ਬੱਚੇ ਨੂੰ ਪਤਾ ਫਿਰ ਹਰਵਨੀਤ ਬਿੱਟੂ ਉੱਥੇ ਕੀ ਕਰਨਾ ਆਇਆ ਸੀਗਾ, ਜਲਾਲਾਬਾਦ ਸੁਖਬੀਰ ਨੂੰ ਜਿਤਾਉਣ। ਕੈਪਟਨ ਸਾਹਿਬ ਲੰਬੀ ਕਿਉਂ ਗਏ ਸੀ ਬਾਦਲ ਨੂੰ ਜਿਤਾਉਣ? ਇਹ ਸਭ ਰਲੇ ਹੋਏ ਨੇ ਤਾਂ ਕਿ ਵੱਡੇ ਲੀਡਰ ਜਿਹੜੇ ਨੇ ਉਹ ਜਦੋਂ ਆ ਜਾਂਦੇ ਨੇ ਤਾਂ ਵੋਟ ਉੱਥੇ ਹੀ ਖੜ ਜੂਗੀ। ਇਹ ਤਾਂ ਉਹ ਤਾਂ ਮੈਨੂੰ ਬਾਅਦ 'ਚ ਹਰਵਨੀਤ ਬਿੱਟੂ ਨੇ ਵੀ ਦੱਸਿਆ ਕਿ ਮੇਰੀ ਤਾਂ ਡਿਊਟੀ ਲੱਗੀ ਸੀ ਕਿ ਸੁਖਬੀਰ ਨਹੀਂ ਹਾਰਨਾ ਚਾਹੀਦਾ। ਸੈਟਿੰਗ ਹੈ ਕਾਂਗਰਸ ਦੀ, ਇੱਕ ਤਾਂ ਸੈਟਿੰਗ ਤਾਂ ਹੁੰਦੀ ਹੈ ਨਾ ਵੀ ਤੂੰ ਇੱਧਰ, ਇਹ ਤਾਂ ਐਂ ਨੇ ਕਿ ਉਹ ਖਿਚੜੀ ਨੇ, ਇਕੱਠੇ ਨੇ, ਮਿਲੇ ਹੋਏ ਨੇ। ਗੁਰੂ ਸਾਹਿਬ ਦੀ ਬੇਅਦ ਵੀ ਹੋ ਗਈ, ਰਣਜੀਤ ਜਸ ਰਣਜੀਤ ਸਿੰਘ ਦੀ ਰਿਪੋਰਟ ਆ ਗਈ, ਅਤੇ ਫਿਰ ਕੌਣ ਰਹਿ ਗਿਆ ਫਿਰ? ਹੁਣ ਕੈਪਟਨ ਸਾਹਿਬ ਕਿਉਂ ਨਹੀਂ ਕਰਦੇ ਕਾਰਵਾਈ? ਉਹਨਾਂ ਦੇ ਆਪਦੇ ਮੈਂਬਰ ਜਿਹੜੇ ਝੋਲੀਆਂ ਅੱਡ ਅੱਡ ਕੇ ਨਵਜੋਤ ਸਿੱਧੂ ਵਰਗੇ ਕਹਿ ਰਹੇ ਨੇ ਅਸੀਂ ਪਿੰਡਾਂ 'ਚ ਵੜਨ ਯੋਗ ਨਹੀਂ ਰਹਿਣੇ, ਕਾਰਵਾਈ ਕਰ ਦਿਓ, ਨਹੀਂ ਕਰਦੇ, ਰਲੇ ਹੋਏ ਨੇ। ਤੁਸੀਂ ਸਾਰੀਆਂ ਪਾਬੰਦੀਆਂ ਕਿਸਾਨ 'ਤੇ ਲਾ ਤੀਆਂ, 19 ਤਰੀਕ ਤੱਕ ਬੀਜਣਾ ਨਹੀਂ ਝੋਨਾ, 9 ਵਜੇ ਤੱਕ ਵੱਢਣਾ ਨਹੀਂ, 9 ਵਜੇ ਵੱਢਣ ਲੱਗਣਾ, ਉਹ ਕਰੇ ਕੀ ਹੁਣ? ਫਿਰ ਤੁਸੀਂ ਉਹਦਾ ਜਿਹੜਾ ਅਨਾਜ ਆ ਉਹ ਲੈ ਗਏ, ਉਦੋਂ ਬਾਅਦ ਕਹਿੰਦੇ ਹੁਣ ਤੁਸੀਂ ਇਹਨੂੰ ਅੱਗ ਨਹੀਂ ਲਾਉਣੀ, ਤੁਹਾਡੇ 'ਤੇ ਪਰਚਾ ਹੋਊਗਾ। ਮਤਲਬ ਉਹਦਾ ਕਸੂਰ ਕੀ ਹੈ? ਉਹ ਸਾਰੇ ਮੁਲਕ ਦਾ ਢਿੱਡ ਭਰੀ ਜਾਂਦਾ। ਉਹ ਪਰਾਲੀ ਨਹੀਂ ਜਾ ਸਕਦੀ ਜੇ ਉਹ ਅੱਗ ਨਹੀਂ ਲਾਊ। ਅੱਗ ਲਾਉਣ ਤੋਂ ਬਿਨਾਂ ਹੱਲ ਦੱਸ ਦਿਓ, 2500 ਰੁਪਈਆ ਪਰ ਏਕੜ ਮੁਆਵਜ਼ਾ ਦੇ ਦਿਓ। ਮਜ਼ਾਕ ਕਰ ਰਹੇ ਲੋਕਾਂ ਨਾਲ ਇਹ? ਕੈਪਟਨ ਸਾਹਿਬ ਕਹਿੰਦੇ ਤਾਂ ਹੈਪੀ ਸੀਡਰ ਬਹੁਤ ਦੇ ਤੇ, ਮੇਰੇ ਕੋਲ 2 ਜ਼ਿਲ੍ਹੇ ਨੇ ਸੰਗਰੂਰ ਅਤੇ ਬਰਨਾਲਾ, ਦਿਖਾਓ ਹੈਪੀ ਸੀਡਰ ਕਿੱਥੇ। ਹਾਂ, ਲੋਕਾਂ ਨੇ ਆਪਦੇ ਖਰੀਦ ਲਏ ਹੋਣ, ਮੈਂ ਸਰਕਾਰੀ ਹੈਪੀ ਸੀਡਰ ਕਿੱਥੇ ਨੇ? ਸੋ ਉਹਦੀ ਫਸਲ ਨੂੰ ਖਰੀਦੋ, ਉਹਦੇ ਵਿੱਚੋਂ ਨੁਕਸ ਨਾ ਕੱਢੋ ਕਿਰਪਾ ਕਰਕੇ, 9%। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।